ਪੀਰ ਦਸਤਗੀਰ ਦੇ ਹੁਕਮ ਦੇ ਨਾਲ ਬਗਦਾਦ ਦੇ ਲੋਕੀ ਪੱਥਰ ਮਾਰ ਮੜੀਆਂ ਚਲੇ ਗਏ। ਭਾਈ ਮਰਦਾਨਾ ਰਵਾਬ ਛੇੜ ਰਿਹਾ, ਗੁਰੂ ਨਾਨਕ ਦੇ ਬਾਣੀ ਗਾ ਰਹੇ। ਜਦੋਂ ਲੋਕ ਲੱਗੇ ਪੱਥਰ ਮਾਰਨ, ਜਿਨ੍ਹਾਂ ਹੱਥਾਂ ਦੇ ਵਿੱਚ ਪੱਥਰ ਪਕੜੇ ਸੀ ਉਹ ਹੱਥਾਂ ਦੇ ਨਾਲ ਹੀ ਜੁੜ ਗਏ, ਹੁਣ ਲੈਂਦੇ ਨਹੀਂ। ਉਹ ਜਿਨ੍ਹਾਂ ਦੇ ਹੱਥਾਂ ਦੇ ਨਾਲ ਪੱਥਰ ਜੁੜੇ ਸੀ ਉਹ ਦੌੜ ਕੇ ਦਸਤਗੀਰ ਫਕੀਰ ਦੇ ਟਿੱਲੇ ਤੇ ਚਲੇ ਗਏ, ਉਹਦੇ ਡੇਰੇ ਚਲੇ ਗਏ ਵੀ ਤੂੰ ਤੇ ਆਹ ਗੱਲ ਸਾਨੂੰ ਕਹੀ ਸੀ, ਉਹ ਤੇਰੇ ਨਾਲੋਂ ਵੀ ਜ਼ਿਆਦਾ ਬਲੀ ਆ, ਤੇਰੇ ਨਾਲੋਂ ਜ਼ਿਆਦਾ ਸ਼ਕਤੀਸ਼ਾਲੀ ਆ। ਹੁਣ ਜਿਹੜਾ ਸਿਆਪਾ ਸਾਡੇ ਗੱਲ ਪਾਇਆ ਇਹਨੂੰ ਲਾਹ ਕੇ, ਉਹਨੇ ਆਖਿਆ ਭਾਈ ਮੈਂ ਕਿਵੇਂ ਲਾਹ ਦੇਵਾਂ। ਪਿੰਡ ਦੇ ਲੋਕਾਂ ਨੇ ਆਖਿਆ, ਕਹਿਣ ਲੱਗੇ ਠੱਗੀਆਂ ਮਾਰਨ ਨੂੰ ਤੂੰ ਆਪਣੇ ਆਪ ਨੂੰ ਬਾਬਾ ਦੱਸਦਾ ਸੀ, ਅੱਜ ਬਹੁਤ ਆਇਆ। ਗੁਰੂ ਕਿਰਪਾ ਕਰੇ ਮਹਾਰਾਜ, ਸਾਡੀ ਕਿਤੇ ਹੰਸ ਬਿਰਤੀ ਬਣ ਜਾਵੇ। ਅੱਜ ਬੰਗਲੇ ਬੜੇ ਨੇ ਕੌਮ 'ਚ, ਸਾਰੇ ਨਹੀਂ, ਬੜੀਆਂ ਬੜੀਆਂ ਪਵਿੱਤਰ ਆਤਮਾਵਾਂ ਵੀ ਹਨ ਇਸ ਧਰਤੀ ਦੇ ਉੱਪਰ, ਸਾਧੂ ਸੰਤ ਮਹਾਤਮਾ ਹੈਗੇ ਵੀ ਨੇ, ਪਰ ਮੈਂ ਬੇਨਤੀ ਕਰਾਂ ਇਹਨਾਂ ਹੰਸਾਂ ਦੇ ਵਿੱਚ ਬੰਗਲੇ ਬਹੁਤੇ ਰਲ ਕੇ ਬਹਿ ਗਏ ਨੇ, ਸਾਨੂੰ ਉਹਨਾਂ ਦੀ ਪਛਾਣ ਕਰਨ ਦੀ। ਬਗਦਾਦ ਦੇ ਲੋਕਾਂ ਨੇ ਆਖਿਆ, ਕਹਿਣ ਲੱਗੇ ਲੁੱਟਣ ਨੂੰ ਤੂੰ, ਪਹਿਲਾਂ ਤੂੰ ਸਾਨੂੰ ਆਖਿਆ ਸੀ ਵੀ ਜਾ ਕੇ ਰੋੜੇ ਮਾਰੋ, ਅਸੀਂ ਰੋੜੇ ਮਾਰਨਗੇ। ਉਹਨੇ ਪਤਾ ਨਹੀਂ ਗਾੜੀਓ ਕਿਹੜਾ ਜਾਦੂ ਕੀਤਾ, ਜਿਹੜੇ ਰੋੜੇ ਤੂੰ ਦਿੱਤੇ ਉਹ ਸਾਡੇ ਹੱਥਾਂ ਨਾਲ ਜੁੜ ਗਏ ਨੇ, ਇਹਨਾਂ ਨੂੰ ਲਾਹ ਕਿਸੇ ਤਰੀਕੇ। ਉਹਨੇ ਆਖਿਆ ਜਿੰਨੇ ਜੋੜੇ ਨੇ ਲਾਵੇਗਾ ਵੀ ਉਹ ਹੋਏ। ਫਿਰ ਆਪਣੇ ਡੇਰੇ ਤੋਂ ਚੱਲਿਆ ਆ ਗਿਆ ਗੁਰੂ ਨਾਨਕ ਸਾਹਿਬ ਦੇ ਕੋਲ ਮੜੀਆਂ 'ਚ। ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਦੇ ਕੋਲ ਆਇਆ, ਦੁਆ ਸਲਾਮ ਕੀਤੀ, ਕੋਲ ਬਹਿ ਗਿਆ। ਮੈਂ ਨਹੀਂ ਕਹਿੰਦਾ, ਭਾਈ ਗੁਰਦਾਸ ਜੀ ਕਹਿੰਦੇ ਨੇ ਪੁੱਛੇ ਪੀਰ ਤਕਰਾਰ ਕਰ, ਇਹ ਫਕੀਰ ਵੱਡਾ ਜਾਂ ਤਾਈ, ਇੱਥੇ ਵਿੱਚ ਬਗਦਾਦ ਦੇ ਵੱਡੀ ਕਰਾਮਾਤ ਦਿਖਲਾਈ, ਪਤਾਲਾਂ ਜਾਂ ਕਾਸ ਲਾਖੇ ਓੜ ਕਪਾਲੀ ਖਬਰ ਸੁਣਾਈ। ਗੁਰੂ ਨਾਨਕ ਸਾਹਿਬ ਨੂੰ ਕਹਿੰਦਾ, ਜੇ ਤੁਸੀਂ ਕਹਿੰਦੇ ਜੇ ਵੀ ਲੱਖਾਂ ਹੀ ਆਕਾਸ ਅਤੇ ਲੱਖਾਂ ਪਤਾਲ ਅਸੀਂ ਕੰਨੇ ਸਾਤਿਆ। ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਕਹਿੰਦੇ, ਤੁਹਾਡੀ ਸੋਚ ਹੀ ਸੱਤਾਂ ਤੱਕ ਜਾਂਦੀ, ਤੁਸੀਂ ਸੱਚ ਹੀ ਦੱਸਣ। ਸਾਡੇ ਪਰਮਾਤਮਾ ਨੇ ਜਿਹੜੀ ਸਾਨੂੰ ਸੋਚ ਦਿੱਤੀ ਉਹ ਲੱਖਾਂ ਹੀ ਬ੍ਰਹਿਮੰਡਾਂ ਤੱਕ ਜਾਂਦੀ। ਉਹਨੇ ਆਖਿਆ, ਮੈਂ ਕਿਵੇਂ ਮੰਨਾਂ ਵੀ ਲੱਖਾਂ ਆਕਾਸ਼ ਅਤੇ ਲੱਖਾਂ ਪਤਾਲ ਨੇ। ਗੁਰੂ ਨਾਨਕ ਸਾਹਿਬ ਨੇ ਆਖਿਆ, ਆਪਣਾ ਕੋਈ ਵਿਸ਼ਵਾਸ ਪਾਤਰ ਬੰਦਾ ਦੇ, ਉਹਨੂੰ ਲੱਖਾਂ ਆਕਾਸ਼ ਅਤੇ ਲੱਖਾਂ ਪਤਾਲ ਵਿਖਾ ਦੇ। ਉਹਨੇ ਆਖਿਆ, ਮੇਰਾ ਮੁੰਡਾ ਲੈ ਜਾਓ। ਦਸਤਗੀਰ ਫਕੀਰ ਨੇ ਆਪਣਾ ਮੁੰਡਾ ਗਾੜੀ ਕਰ ਦਿੱਤਾ ਵੀ ਇਹਨੂੰ ਵਿਖਾਈਏ, ਹਾਂ ਕਿਸੇ ਹੋਰ ਨੂੰ ਵਿਖਾਉਣੇ ਨੇ, ਇਹ ਆਣ ਕੇ ਸੱਚ ਦੱਸੇਗਾ ਵੀ ਹੈਗੇ ਵੀ ਹੈ ਕਿ ਨਹੀਂ ਹੈਗੇ। ਹੋ ਸਕਦਾ ਕੋਈ ਹੋਰ ਘੱਲਾਂ 'ਤੇ ਬਾਬਾ ਰਾਹ 'ਚ ਹੀ ਖਰੀਦ ਲਵੇ। ਪਤਾ ਸੀ, ਮੈਂ ਬੇਨਤੀ ਕਰਾਂ, ਮਰੀਆਂ ਜ਼ਮੀਰਾਂ ਦਾ ਵੀ ਘਾਟਾ ਕੋਈ ਬੰਦਾ ਨਾ ਵਿਕੇ ਅਤੇ ਕਰੋੜਾਂ 'ਤੇ ਨਾ ਵਿਕੇ, ਜੇ ਵਿਕਣ 'ਤੇ ਆਵੇ ਤਾਂ ਗੰਢੇ ਦੀ ਛਿੱਲ 'ਤੇ ਬੰਦਾ ਵਿਕ ਜਾਂਦਾ। ਸਤਿਗੁਰੂ ਕਿਰਪਾ ਕਰੇ ਮਹਾਰਾਜ, ਮੁੱਕਦੀ ਗੱਲ ਗੁਰੂ ਨਾਨਕ ਦੇਵ ਮਹਾਰਾਜ ਨੇ ਆਖਿਆ, ਲਿਆ ਆਪਣਾ ਬੱਚਾ। ਉਹਨੇ ਆਪਣੇ ਮੁੰਡੇ ਦਾ ਹੱਥ ਗੁਰੂ ਨਾਨਕ ਸਾਹਿਬ ਨੂੰ ਫੜਾਇਆ। ਇਹ ਮੈਂ ਨਹੀਂ ਕਹਿੰਦਾ, ਭਾਈ ਗੁਰਦਾਸ ਜੀ ਕਹਿੰਦੇ ਨੇ, ਨਾਲ ਲੀਤਾ ਬੇਟਾ ਪੀਰ ਕਾ ਅੱਖੀਂ ਮੀਟ ਗਿਆ ਹਵਾਈ, ਲੱਖ ਆਕਾਸ ਪਤਾਲ ਲੱਖ ਅੱਖ ਫੁਰੰਕ ਵਿੱਚ ਸਭ ਦਿਖਲਾਈ। ਭਾਈ ਗੁਰਦਾਸ ਜੀ ਕਹਿੰਦੇ, ਜਦੋਂ ਉਹਦਾ ਮੁੰਡਾ ਵਹਿੰਦਾ ਵਹਿੰਦਾ ਥੱਕ ਗਿਆ, ਉਹਨਾਂ ਨੇ ਆਖਿਆ, ਬਾਬਾ ਹੁਣ ਚੱਲ ਗਏ ਵਾਪਸ ਧਰਤੀ 'ਤੇ। ਗੁਰੂ ਨਾਨਕ ਸਾਹਿਬ ਨੇ ਆਖਿਆ, ਨਹੀਂ ਹੋਰ ਵੇਖ ਲਿਆ। ਉਹਨੇ ਆਖਿਆ, ਨਹੀਂ। ਸਤਿਗੁਰੂ ਕਹਿੰਦੇ, ਫਿਰ ਤੇਰੇ ਪਿਓ ਨੇ ਮੰਨਣਾ ਨਹੀਂ, ਕੋਈ ਨਿਸ਼ਾਨੀ ਲੈ ਜਾ। ਉਹਨੇ ਆਖਿਆ, ਬਾਬਾ ਫਿਰ ਮੈਂ ਕਿਹੜੀ ਖਰਾ ਨਿਸ਼ਾਨੀ? ਗੁਰੂ ਨਾਨਕ ਸਾਹਿਬ ਨੇ ਭਾਰ ਕੱਚ ਕੌਲ ਪ੍ਰਸ਼ਾਦ ਦਾ, ਭਾਈ ਗੁਰਦਾਸ ਜੀ ਕਹਿੰਦੇ, ਭਾਰ ਕੱਚ ਕੌਲ ਪ੍ਰਸ਼ਾਦ ਦਾ ਧੁਰੋਂ ਪਤਾਲੋ ਲਈ ਕੜਾਹੀ। ਭਾਈ ਗੁਰਦਾਸ ਜੀ ਕਹਿੰਦੇ, ਗੁਰੂ ਨਾਨਕ ਸਾਹਿਬ ਨੇ ਆਖਿਆ, ਕੜਾਹ ਪ੍ਰਸ਼ਾਦ ਲੈ ਜਾ ਸੱਚਖੰਡ ਦੇ ਵਿੱਚੋਂ। ਫਿਰ ਇਹ ਕੜਾਹ ਪ੍ਰਸ਼ਾਦ ਦੀ ਦੇਗ ਕਹਿੰਦੇ ਉਹਨੇ ਬਾਟੇ 'ਚ ਪਾਈ ਅਤੇ ਆਪਣੇ ਪਿਤਾ ਦੇ ਕੋਲ ਵਾਪਸ ਆਇਆ। ਅਤੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦੇ ਚਰਨਾਂ 'ਤੇ ਡਿੱਗ ਕੇ ਦਸਤਗੀਰ ਫਕੀਰ ਦਾ ਮੁੰਡਾ ਕਹਿੰਦਾ, ਸਤਿਗੁਰੂ ਜਿਵੇਂ ਮੈਨੂੰ ਬਖਸ਼ਿਆ ਜੀ, ਮੇਰੇ ਪਿਓ ਨੂੰ ਵੀ ਬਖਸ਼ ਲਓ। ਪਰ ਮੈਂ ਬੇਨਤੀ ਕਰਾਂ, ਜਿਨ੍ਹਾਂ ਨੂੰ ਆ ਬਾਣਾ ਪਾ ਕੇ ਠੱਗੀਆਂ ਮਾਰਨ ਦੀ ਆਦਤ ਪੈ ਜਾਵੇ ਉਹ ਛੇਤੀ ਹਟਦੇ। ਥੋੜ੍ਹੇ ਸਿਆਣੇ ਕਹਿੰਦੇ, ਜਿਹਨੂੰ ਰੱਸਾ ਟੁੱਕਣ ਦੀ ਆਦਤ ਪੈ ਜਾਵੇ ਉਹ ਡੰਗਰ ਵੱਛਾ ਹਟਦਾ ਕਿਤੇ। ਬੇਨਤੀ ਕਰ ਰਿਹਾ ਸੀ, ਇਹਨੂੰ ਅਜੇ ਵੀ ਸੀ ਵੀ ਜੇ ਕਿਤੇ ਬਾਬੇ ਦੇ ਪੈਰ ਇੱਥੇ ਲੱਗ ਗਏ ਨਾ, ਅਤੇ ਜਿੱਥੇ ਮੈਂ ਵਿਹਲਾ ਬੈਠਾ ਖਾਣਾ, ਇਹ ਮੰਤਾ ਮੁੜ ਕੇ ਬਾਬੇ ਦੀ ਹੋਣ ਲੱਗ ਪੈਣੀ ਅਤੇ ਮੇਰਾ ਡੇਰਾ ਵਿਹਲਾ ਹੋ ਜਾਣਾ। ਬਹੁਤ ਹੀ ਅੱਜ ਪਾਟੋ ਤਾੜੇ ਹੋਈ ਚੱਲ ਰਹੀ ਨਾ ਵੀ ਜਵਾਨੋ, ਸਾਡੀ ਮਰਿਆਦਾ ਆ ਜੇ ਇਹ ਮਰਿਆਦਾ 'ਚ। ਅੱਜ ਕੱਲ੍ਹ ਤਾਂ ਗੁਟਕੇ ਵੀ ਆਪਣੇ ਛਪਾ ਛਪਾ ਕੇ ਛਾਪੇ ਜਾ ਰਹੇ, ਆਹ ਸਾਡੇ ਗੁਟਕੇ ਜੇ ਇਹਦੇ 'ਚ ਇੰਨੀਆਂ ਬਾਣੀਆਂ ਜੇ ਉਹ। ਮੈਂ ਕਹਿੰਦਾ, ਗੁਰੂ ਕਿਰਪਾ ਕਰੇ ਗਿਣਤੀਆਂ ਮਿੰਤੀਆਂ ਵਿੱਚ ਨਾ ਪਾਓ। ਭਾਈ ਭਗੀਰਥ ਅਮਲ ਸਿੰਘਾਂ ਦਾ ਨੰਬਰਦਾਰ, ਉਹਨੇ ਇੱਕ ਓਂਕਾਰ ਕਾਗਜ਼ 'ਤੇ ਲਿਖ ਕੇ ਸਾਰੀ ਉਮਰ ਪੜ੍ਹ ਕੇ ਉਹਨੇ ਆਪਣੀ ਕਲਿਆਣ ਕਰਵਾ ਲਈ। ਸਾਡੇ ਕੋਲ 1430 ਅੰਗ ਨੇ, 31 ਰਾਗ ਹੈ, ਸਾਡੇ ਕੋਲ ਸੱਚੇ ਪਾਤਸ਼ਾਹ ਮਹਾਰਾਜ 6 ਗੁਰੂ ਸਾਹਿਬਾਨਾਂ ਦੀ ਬਾਣੀ ਹੈ, 3 ਸਿੱਖਾਂ ਦੀ ਬਾਣੀ ਹੈ, 15 ਭਗਤਾਂ ਅਤੇ 11 ਭੱਟਾਂ ਦੀ ਬਾਣੀ। ਮੈਂ ਕਹਿੰਦਾ, ਸਤਿਗੁਰੂ ਸੱਚੇ ਪਾਤਸ਼ਾਹ ਕਦੋਂ ਅਸੀਂ ਪੜ੍ਹ ਕੇ ਤੇਰੇ ਗਿਆਨ ਦੇ ਤਾਰ ਨਹੀਂ ਬਣਾ। ਉਹਨੇ ਇੱਕ ਓਂਕਾਰ ਪੜ੍ਹ ਕੇ ਅਤੇ ਪਰਮਗਤ ਪਾ ਲਈ। ਸਤਿਗੁਰੂ ਸੱਚੇ ਪਾਤਸ਼ਾਹ, ਸਾਡੇ ਕੋਲ 1430 ਅੰਗ, ਸਾਨੂੰ ਪਤਾ ਨਹੀਂ ਪਰਮਗਤੀ ਕਦੋਂ ਮਿਲਣੀ।
आ मुकदी गल इन्हें सोचा कहिंदा एक दा होर चलाउणा चाहिए। मैं समाप्ति कर देनी है वीरां नूं, मैं बेनती करदा भी हुण तुसीं आनंद लो, मैं दो मिंटां च समाप्ति करां। आओ जी गुरु नानक देव सच्चे पातशाह नूं इत्थों दे बगदाद दा जिहड़ा बादशाह ने हारून रशीद उहदे दरबार च खड़िया गया भी उत्थे हेठी कराने। बादशाह ने आख्या बाबा ये लोग कहिंदे तू बड़ा जारा है। गुरु नानक साहब ने आख्या तैनू कौन कहिंदा जारा है, मैं कोई जारा नहीं, जारा ते अकाल पुरख परिपूर्ण परमात्मा है जिन्हें मैनू मात लोक ते भेजिया। दस तेरा परमात्मा करदा की है, तेरा परमात्मा रहिंदा कित्थे है, ते तेरे परमात्मा तो पहलों की सीगा। गुरु नानक देव महाराज नूं पुछदा भी रब तो पहलों की सी, गुरु नानक देव ने आख्या थाल मोतियां दा भर के लिया। वह थाल लियाया मोतियां दा भर के, गुरु नानक साहब ने आख्या गिण, वह कहिंदा एक। गुरु नानक साहब कहिंदे गलत नहीं, शुरू कर फिर। उन्हें आख्या यक। गुरु नानक देव महाराज कहिंदे जी अभी गलत दोबारा गिण। उन्हें आख्या जी एक। गुरु नानक साहब कहिंदे एक तो पहलों शुरू कर। उन्हें आख्या महाराज एक तो पहलों है ही कुछ नहीं। गुरु नानक साहब ने आख्या फिर अकाल पुरख तो पहलों भी कुछ नहीं सी, अरबद नरबद धुंदू करा। गुरु नानक साहब कहिंदे एक तो पहलों भी कुछ नहीं सी, बाबा दस हो रहिंदा कित्थे। गुरु नानक साहब ने आख्या लोटा दुध का लिया भर के, दुध लिया। गुरु नानक देव महाराज कहिंदे इहदे विच कुछ पिया है, वह फिर बदल के लिया। सतगुरु कहिंदे इहदे विच कुछ है, वेख चंगी तरह। उन्हें झाती मारी, उन्हें आख्या बाबा इहदे विच ते कुछ भी नहीं, तीन वारी पुण के लिया, तू कहिंदा इहदे विच कुछ पिया होया है। गुरु नानक साहब कहिंदे चंगी तरह वेख इहदे विच कुछ है। उन्हें आख्या बाबा कुछ भी नहीं। गुरु नानक साहब कहिंदे इहदे विच मक्खण है मक्खण। उन्हें आख्या बाबा दींदा क्यों नहीं। सतगुरु कहिंदे इसे तरह परमात्मा भी हिरदे च वसदा है, जिवें दुध दे विचों मक्खण नहीं ना दींदा, मक्खण नूं प्रगट करना होवे पहलों सवाणियां दुध गर्म करदियां ने, फिर उन्हें जाग लाउंदियां ने, फिर दिने रड़कदियां ने, रड़क के फिर मक्खण कढ़दियां ने। गुरु नानक साहब जी कहिंदे इसे तरह जिवें दुध दे विच मक्खण है पर दिसदा नहीं, इसे तरह परमात्मा घट घट मैं हरजू बस है, संतन कहिओ पुकार, इसे तरह हिरदे च वसदा पर दींदा नहीं। महाराज करता की है। गुरु नानक साहब ने आख्या बादशाह सारे सवाल उत्ते बह के करी जाएगा को थले आ। जदों अपने तखत उतर के थले आया ना, ते गुरु नानक देव सच्चे पातशाह तखत ते जाके बह गए। जदों तखत ते बह गए ना गुरु नानक साहब, उन्हें आख्या तेरे तीजे सवाल का जवाब। उन्हें आख्या महाराज ये कादा जवाब होया। सतगुरु कहिंदे इहो कोजी करदा है, पेखारी ते राज करावै राजा ते पेखारी। मेरा परमात्मा राजियां तो भीख भी मंगवा दिंदा ते पेखारियां नूं राजे भी बना दिंदा। शरादा कानून समझाया समझाया, असी शरादा कानून समझाया। गल उलटी सुना के उसने, गल उलटी सुना के उसने, गल उलटी सुना के उसने। शरादा सुना के पत्र
सुना के फतुआ संग सार कर जावे मरवाया संग सार कर जावे मरवाया भूला सिंह ऐसे मजबूत कानून ने भूला सिंह ऐसे मजबूत कानून ने भूला सिंह ऐसे मजबूत कानून ने सच टंगवाया सूली उते सदा सच टंगवाया सच टंगवाया सूली उते सदा सच टंगवाया